लो जी दोस्तों, यह है सेठी वैष्णो ढाबा जो कि इतिहासिक गुरुद्वारा साहिब मंजी साहब के बिल्कुल नेड़े है दोराहा दे विच। उत्थे अज असी आए हाँ क्योंकि एक परिवार दे कोलों उन्हां दा एक साथी सोमवार तो बिछड़ गया सी ते ओ साथी जिहड़ा है अज किसे तरीके परिवार दे मैंबरां नूं ते जो ढाबा मालिक हन उन्हां दे मेहनत दे नाल उन्हां दीआं कोशिशां दे नाल परिवार नूं पता लग्गिया कि उन्हां दे परिवारिक मैंबर जिहड़े है ओ सेठी ढाबे ते पहुँचे ने ते परिवार दे मैंबर भी तुहानूं दिखाने हाँ ते नाल असी गल करांगे सेठी ढाबे दे जो मालिक हन उन्हां दे नाल के उन्हां ने इन्हां माता जी नूं किस तरीके नाल उन्हां दी मदद करदे हुए परिवार तक पहुँच कीती ते इन्हां दी मेहनत सदके अज परिवार दे नाल जिहड़ा है उन्हां दे मैंबर मिले ने ते असी उन्हां दे नाल गल करदे हाँ। सत श्री अकाल जी। सत श्री अकाल जी। भाजी एक तां अपना नाम दस दिओ ते दूसरा ये जो तुसीं बहुत ही वड्डा परिवार दे लई पुन्न दा काम कीता है ये बारे थोड़ा दस दौ कि किस तरीके नाल ये सारा वृतांत ये बनया है। कुछ भी नहीं सीगा, सवेरे जदों मैं आया 8 बजे नाल इत्थे मेरे स्टाफ सीगा ते माता जी सड़क ते जा रहे सीगे, मेरे बाहर मुंडा खड़ा एक पक्का ही गड्डियां नूं खड़ाउण वास्ते अगे पिछे कराउण वास्ते उहदे नाल कुछ गल कर रहे सी। मैं पुछया की कहिंदे ने, कहिंदा पानी मंगदे। मैं कहा लिया बिठा ला उरे, उहने बिठाया तां मैनूं लग्गिया वी इह थोड़े जिहे डिस्टर्ब ने, मैंटली मैनूं डिस्टर्ब लगे, मैनूं ठीक नहीं लग्या उहनां दा। फिर मैं उहनां नूं अपने कोल बिठा के इत्थे चाह पाणी पिलाया ते मैं अपने लोकल मीडिया राहीं जो भी मतलब साडे चलदे आ वट्सएप ते ग्रुप उहदे सारिआं ग्रुपां दे विच मैं माता जी दी फोटो पाई। मैच हो गया, ਤੁਸੀਂ ਲੈਣ ਆ ਗਏ, ਬਸ ਇੰਨਾ ਹੀ ਕੁਛ ਹੋਇਆ, ਹੋਰ ਕੁਛ ਨਹੀਂ। ਬਾਕੀ ਗੁਰੂ ਮਹਾਰਾਜ ਦੀ ਕਿਰਪਾ, ਮਾਤਾ ਜੀ ਠੀਕ ਠਾਕ ਨੇ। ਇਹ ਮਾਤਾ ਜੀ ਜੋ ਕਿ ਪਰਿਵਾਰ ਦੇ ਨਾਲੋਂ ਵਿਛੜ ਕੇ ਪਿਛਲੇ ਸੋਮਵਾਰ ਤੋਂ ਇਹ ਪਰਿਵਾਰ ਦੇ ਨਾਲੋਂ ਅਲੱਗ ਹੋ ਗਏ ਸੀ ਕਿਸੇ ਕਾਰਨ ਅਤੇ ਉਹ ਸੇਠੀ ਢਾਬਾ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੇ ਨੇੜੇ ਦੋਰਾਹਾ ਦੇ ਵਿੱਚ ਪਹੁੰਚ ਗਏ ਅਤੇ ਇਹਨਾਂ ਦੇ ਰਾਹੀਂ ਜਿਹੜਾ ਹੈ ਉਹ ਦੁਬਾਰਾ ਮੇਲ ਹੋਇਆ ਅਤੇ ਹੁਣ ਪਰਿਵਾਰਿਕ ਸਾਰੇ ਮੈਂਬਰ ਜਿਹੜੇ ਹੈ ਉਹ ਇਹਨਾਂ ਨੂੰ ਲੈਣ ਆਏ ਨੇ ਸੇਠੀ ਢਾਬਾ ਦੇ ਉੱਤੇ ਅਤੇ ਸੇਠੀ ਢਾਬਾ ਦੇ ਮਾਲਿਕ ਵੀ ਇਹ ਭਾਅ ਜੀ ਵਿਰਾਜਮਾਨ ਨੇ ਰਜਿੰਦਰ ਸਿੰਘ ਜੀ ਸਾਡੇ ਨਾਲ ਅਤੇ ਹੁਣ ਆਪਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਅਤੇ ਕਿਸ ਤਰ੍ਹਾਂ ਇਹ ਸਾਰਾ ਵਿਰਤਾਂਤ ਬਣਿਆ। ਮੇਰੇ ਮੰਮਾ 23rd। ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਮਿਲੀ ਹੈ। ਮੇਰੇ ਮੰਮਾ 23rd ਨੂੰ ਘਰੋਂ ਚਲੇ ਗਏ ਸੀਗੇ, ਸਾਨੂੰ ਪਤਾ ਨਹੀਂ ਚੱਲਿਆ ਕਿੱਥੇ ਮਿਸਪਲੇਸ ਹੋ ਗਏ, ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜਲੰਧਰ ਪੂਰਾ ਟਾਈਮ ਸਰਚ ਕਰਦੇ ਰਹੇ 5 ਡੇਜ਼ ਲਈ। ਅੱਜ ਅਚਾਨਕ ਬੈਠੇ ਬੈਠੇ ਮੇਰੇ ਕਿਸੇ ਫਰੈਂਡ ਨੇ ਮੈਨੂੰ ਬੋਲਿਆ ਕਿ ਅਨਮੋਲ ਪਾਤਰਾ ਨੂੰ ਤੁਸੀਂ ਇੱਕ ਵਾਰ ਕੰਟੈਕਟ ਕਰੋ। ਮੈਂ ਉੱਥੇ ਉਹਨਾਂ ਨੂੰ ਮੈਸੇਜ ਡਾਲਿਆ ਔਰ ਇਮੀਡੀਏਟਲੀ ਮੈਨੂੰ ਉਹਨਾਂ ਦੇ ਵੱਲੋਂ ਹੀ ਇੱਕ ਰਿਪਲਾਈ ਆ ਗਿਆ ਕਿ ਦੋਰਾਹਾ 'ਚ ਇੱਦਾਂ ਦੇ ਇੱਕ ਪਰਸਨ, ਕੋਈ ਮਿਸਿੰਗ ਪਰਸਨ ਹੈ, ਉਹ ਸੇਠੀ ਢਾਬਾ 'ਤੇ ਬੈਠੇ ਹੋਏ ਹੈ। ਔਰ ਮੈਂ ਉਸੇ ਵਕਤ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਿਕਚਰ ਉਹਨਾਂ ਨੂੰ ਮੰਗਵਾਈ, ਮੈਂ ਉਹਨਾਂ ਨੂੰ ਪਹਿਚਾਣ ਲਿਆ। ਮੈਂ ਇੱਥੋਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਭਾਅ ਜੀ ਦੇ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਨਾਲ ਪੂਰਾ ਸਪੋਰਟ ਕੀਤਾ ਔਰ ਮੈਨੂੰ ਮੰਮਾ ਦੀ ਵੀਡੀਓਜ਼ ਵਗੈਰਾ ਭੇਜੀਆਂ ਔਰ ਅਸੀਂ ਉਸੇ ਵਕਤ ਫਿਰ ਆ ਕੇ ਮੰਮਾ ਨੂੰ ਇੱਥੋਂ ਰਿਸੀਵ ਕਰਨੇ ਆ ਗਏ। ਤੁਹਾਨੂੰ ਇਹ ਪਰਿਵਾਰ ਦੇ ਆਪਣੇ ਮਦਰ ਨੂੰ ਮਿਲਣ ਦੇ ਲਈ ਕਿਸ ਕਿਸ ਤਰੀਕੇ ਨਾਲ ਮਤਲਬ ਇਹ ਸਾਰਾ ਸੰਪਰਕ ਬਣਿਆ, ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦੇ ਦਿਓ। ਇਸ ਸੱਚ ਤੋਂ ਮੈਂ ਅਨਮੋਲ ਕੁਆਤਰਾ ਦਾ ਜਿਹੜਾ ਵੀ ਉਹਨਾਂ ਦਾ ਜੋ ਮਿਸ਼ਨ ਹੈ ਜਾਂ ਉਹਨਾਂ ਦਾ NGO, ਉਹਨਾਂ ਨੂੰ ਬਹੁਤ ਦੇਰ ਤੋਂ ਜਾਣਦੀ ਹੂੰ, ਬਟ ਕਦੀ ਜਿੱਦਾਂ ਅਸੀਂ ਪਾਰਟੀਸਿਪੇਟ ਹੀ ਨਹੀਂ ਕੀਤਾ ਕਿਸੇ ਵੀ ਚੀਜ਼ 'ਚ, ਔਰ ਅੱਜ ਸ਼ਾਇਦ ਜੋ ਵੀ ਸਾਡੇ ਉੱਤੇ ਵਿਪਦਾ ਆਈ ਹੈ ਉਹ ਕਿਸੇ ਦੇ ਲਿੰਕ ਤੋਂ, ਉਹਨਾਂ ਨੇ ਮੈਨੂੰ ਅਚਾਨਕ ਯਾਦ ਦਿਲਾਇਆ ਕਿ ਤੁਸੀਂ ਉਹਨਾਂ ਨੂੰ ਇੱਕ ਵਾਰ ਦੁਬਾਰਾ ਕੰਟੈਕਟ ਕਰੋ, ਔਰ ਉਹਨਾਂ ਦੇ ਥਰੂ ਹੀ ਮੇਰਾ ਇਹ ਸਾਰਾ ਕੰਮ ਸੌਲਟ ਹੋਇਆ ਹੈ। ਕਿ ਜੋ ਅਸੀਂ 5 ਦਿਨ ਬਿਤਾਏ ਹੈ, ਮੈਂ, ਮੇਰੀ ਛੋਟੀ ਸਿਸਟਰ, ਮੇਰੀ ਇੱਕ ਔਰ ਸਿਸਟਰਸ ਹੈ, ਸਾਡੀਆਂ 3 ਬੇਟੀਆਂ ਹੈ, ਮੇਰੇ ਡੈਡੀ, ਅਸੀਂ 3 ਸਿਸਟਰਸ ਹੈ, ਅਸੀਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਅਸੀਂ ਕਿਹੜੀ ਚੀਜ਼ਾਂ 'ਚੋਂ ਰਹੇ ਹਾਂ। ਮੈਂ, ਮੇਰੇ ਹਸਬੈਂਡ, ਅਸੀਂ 2 ਦਿਨ ਪਾਗਲਾਂ ਦੀ ਤਰ੍ਹਾਂ ਸਾਰਾ ਟਾਈਮ ਸੜਕ 'ਤੇ ਲੁਧਿਆਣਾ ਸਰਚ ਕਰਦੇ ਰਹੇ। ਫਿਰ ਅਸੀਂ ਜਲੰਧਰ ਚਲੇ ਗਏ ਕਿ ਇੱਥੋਂ ਨਹੀਂ ਮਿਲ ਰਹੇ, ਕਿਉਂਕਿ ਸਾਨੂੰ ਥੋੜ੍ਹਾ ਜਿਹਾ ਇੰਟਿਊਸ਼ਨ ਸੀਗਾ ਕਿ ਮੰਮਾ ਕਿਤੇ ਮੇਰੇ ਪਾਸ ਨਾ ਆ ਰਹੇ ਹੋਣ, ਕਿਉਂਕਿ ਉਹ ਮੈਂਟਲੀ ਅਪਸੈਟ ਹੈ ਤਾਂ ਕਦੀ ਕਦੀ ਜੋ ਗੱਲ ਆਪਣੇ ਮੂੰਹ ਤੋਂ ਨਿਕਾਲਦੇ ਹੋ ਕਹਿ ਕਰ ਦਿੰਦੇ ਹੈਗੇ ਹੈ। ਉਹਨਾਂ ਨੇ 2-3 ਦਿਨ ਪਹਿਲਾਂ ਕਿਹਾ ਸੀ ਮੈਂ ਲੁਧਿਆਣਾ ਜਾਣਾ, ਸਿਰਫ ਉਸ ਇੱਕ ਚੀਜ਼ ਲਈ ਅਸੀਂ ਲੁਧਿਆਣਾ ਸਰਚ ਕਰਦੇ ਰਹੇ। ਫਿਰ ਉਸ ਤੋਂ ਬਾਅਦ ਅਸੀਂ ਜਲੰਧਰ ਚਲੇ ਗਏ ਔਰ ਉੱਥੇ ਸਰਚ ਕਰਨੇ ਲੱਗ ਗਏ, ਔਰ ਅੱਜ ਬਾਈ ਚਾਂਸ ਜਿਹੜਾ ਮੋਡ ਬਣਿਆ ਉਹਦੇ ਥਰੂ ਸਾਨੂੰ ਮੰਮਾ ਇੱਥੇ ਦੋਰਾਹਾ ਤੋਂ ਮਿਲੇ ਹੈ। ਔਰ ਜੋ ਭਾਅ ਜੀ ਹੈ ਇਹ ਤਾਂ ਮੇਰੇ ਲਈ ਭਗਵਾਨ ਦੇ ਬਰਾਬਰ ਹੈਗੇ ਹੈ।